ਪਤਾ ਭਾਜੀ ਕਿੰਨੀ ਕੁ ਦਿੱਕਤ ਆ ਰਹੀ ਸੀ ਕਹਿਣਾ ਚਾਹੁੰਦਾ ਮੇਰੇ ਫਾਦਰ ਦੀ ਡੈਥ ਹੋਈ ਹੈ ਮੈਂ ਸਵੇਰੇ 3 ਵਜੇ ਦੀ ਰਾਤ ਲੰਘੀ ਹੋਈ ਤੇ ਬਾਰ ਬਾਰ ਗੱਡੀ ਰੋਕ ਰੋਕ ਕਰਦੇ ਇੱਕ ਪੇ ਜਾਂਦਾ ਦਰਦ ਕੁੜੀ ਨੂੰ ਪਤਾ ਹੁੰਦਾ ਹੋਰ ਕਿਸੇ ਨੂੰ ਨਹੀਂ ਪਤਾ ਹੁੰਦਾ ਕੀ ਹੋਇਆ ਕੀ ਨਹੀਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ਜਾਮ ਕਰੀ ਬੈਠੇ ਨੇ ਜਿਸ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਯਾਤਰੀ ਖਾਸੇ ਪਰੇਸ਼ਾਨ ਹੋ ਰਹੇ ਨੇ ਤਸਵੀਰਾਂ ਨੇ ਸਾਹਨੇਵਾਲ ਰੇਲਵੇ ਸਟੇਸ਼ਨ ਦੀਆਂ ਜਿੱਥੇ ਇੱਕ ਮਹਿਲਾ ਫੁੱਟ ਫੁੱਟ ਕੇ ਰੋਂਦੀ ਵਿਖਾਈ ਦਿੱਤੀ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ ਲੇਕਿਨ ਆਵਾਜਾਈ ਜਾਮ ਕਾਰਨ ਉਹ ਜਲੰਧਰ ਨਹੀਂ ਪਹੁੰਚ ਪਾ ਰਹੀ ਦੁੱਖ ਇੰਨਾ ਵੱਡਾ ਹੈ ਕਿ ਉਹ ਸਟੇਸ਼ਨ ਤੇ ਹੀ ਭੁੱਬਾਂ ਮਾਰ ਮਾਰ ਰੋਈ ਮੈਂ ਜਲੰਧਰ ਕੈਂਟ ਜਾਣਾ ਭਾਜੀ ਕਿੰਨੀ ਕੁ ਦਿੱਕਤ ਆ ਰਹੀ ਸੀ ਕਹਿਣਾ ਚਾਹੁੰਦਾ ਮੇਰੇ ਫਾਦਰ ਦੀ ਡੈਥ ਹੋਈ ਹੈ ਮੈਂ ਸਵੇਰੇ 3 ਵਜੇ ਦੀ ਰਾਤ ਲੰਘੀ ਹੋਈ ਤੇ ਬਾਰ ਬਾਰ ਗੱਡੀ ਰੋਕ ਰੋਕ ਕਰਦੇ ਇੱਕ ਪੇ ਜਾਂਦਾ ਦਰਦ ਕੁੜੀ ਨੂੰ ਪਤਾ ਹੁੰਦਾ ਹੋਰ ਕ